ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਉੱਪਰ ਮੈਂ ਗੁਰਵਿੰਦਰ ਸਿੰਘ ਮੈਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਜਦੋਂ ਵੀ ਕੋਈ ਓਪਨ ਇਮੀਗ੍ਰੇਸ਼ਨ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਅਪਡੇਟ ਆਊਗੀ ਮੈਂ ਤੁਹਾਡੇ ਸਾਹਮਣੇ ਲੈ ਕੇ ਆਉਂਗਾ ਤੁਹਾਨੂੰ ਦੇ ਬਾਰੇ ਸੂਚਿਤ ਕਰੂੰਗਾ ਤੇ ਅਪਡੇਟ ਆ ਚੁੱਕੀ ਹੈ ਜੀ ਸਾਰਾ ਕੁਝ ਉਹਨਾਂ ਨੇ ਜਿਵੇਂ ਤੁਸੀਂ ਪੜ੍ਹ ਹੀ ਰਹੇ ਹੋ ਫੁੱਲ ਡਿਟੇਲ ਤਰੀਕ ਕਿਹੜੀ ਤਰੀਕ ਤੋਂ ਆਪਾਂ ਸਟਾਰਟ ਕਰ ਸਕਦੇ ਹਾਂ ਕਦੋਂ ਤੱਕ ਕਰ ਸਕਦੇ ਹਾਂ ਕੌਣ-ਕੌਣ ਕਰ ਸਕਦਾ ਹੈ ਕੌਣ ਨਹੀਂ ਕਰ ਸਕਦਾ ਕਿੰਨੀ ਫੀਸ ਲੱਗੇਗੀ ਸਾਰੀ ਫੁੱਲ ਡਿਟੇਲ ਦੀ ਇਹਦੇ ਵਿੱਚ ਗੱਲ ਕਰਾਂਗੇ ਤੇ ਮੈਂ ਤੁਹਾਨੂੰ ਲਿੰਕ ਤੇ ਲੈ ਜਾਊਗਾ ਲਿੰਕ ਦੇ ਵਿੱਚ ਜੋ ਲਿਖਿਆ ਆ ਉਹਦੇ ਬਾਰੇ ਤੁਹਾਨੂੰ ਸਭ ਕੁਝ ਦੱਸਾਂਗੇ ਦੇ ਵਿੱਚ ਤੇ ਸਭ ਤੋਂ ਪਹਿਲਾਂ ਮੈਂ ਕਹਿਣਾ ਚਾਹੂੰਗਾ ਕਿ ਜਿਹੜੇ ਮੇਰੇ ਵੀ ਨਵੇਂ ਆਏ ਆ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਬੈਲ ਦਾ ਬਟਨ ਵੀ ਦਬਲਣ ਤਾਂ ਕਿ ਜਿਵੇਂ ਵੀ ਕੋਈ ਵੀ ਨਵੀਂ ਅਪਡੇਟ ਆਉਂਦੀ ਆ ਮੈਂ ਤੁਹਾਨੂੰ ਉਹਦੇ ਬਾਰੇ ਸੂਚਿਤ ਕਰ ਸਕਾਂ ਵੀ ਤੁਹਾਨੂੰ ਪਤਾ ਲੱਗ ਜੇਗੀ ਕੋਈ ਨਵੀਂ ਅਪਡੇਟ ਆ ਗਈ ਹੈ ਲਿੰਕ ਦੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੂੰਗਾ ਕੀ ਕਿਹੜੇ ਕਿਹੜੇ ਬੰਦੇ ਕਰ ਸਕਦੇ ਐ ਇਹ ਦਮੰਦਾ ਕਰ ਸਕਦੇ ਐ ਇਸ ਦਾ ਇਹ ਜਿਹੜੀ ਸਟੋਰ ਨੂੰ ਪ੍ਰਾਪਤ ਕਰ ਸਕਦੇ ਕਿਹੜੇ ਬੰਦੇ ਐ ਇੱਕ ਤਾਂ ਖੇਤੀਬਾੜੀ ਨਾਲ ਰਿਲੇਟਡ ਕੋਈ ਵੀ ਕੰਮ ਕਰਦੇ ਬੰਦੇ ਉਹ ਇਹਨੂੰ ਲੈ ਸਕਦੇ ਤੇ ਨਾਲ ਜਿਹੜੇ ਡੋਮੈਸਟਿਕ ਸੀਗੇ ਉਹ ਵੀ ਵਿੱਚ ਐਡ ਕਰ ਦਿੱਤਾ ਗਿਆ ਵੀ ਜਿਹੜੇ ਡੋਮੈਸਟਿਕ ਕੰਮਾਂ ਦੇ ਵਿੱਚ ਕਿ ਜਿੰਨੇ ਵੀ ਤਰ੍ਹਾਂ ਦੇ ਕੰਮ ਹੈਗੇ ਉਹ ਮੈਂ ਸਾਰੇ ਤੁਹਾਨੂੰ ਡਿਟੇਲ ਜਦੋਂ ਆਪਾਂ ਲਿੰਕ ਤੇ ਜਾਵਾਂਗੇ ਮੈਂ ਤੁਹਾਨੂੰ ਸਾਰੇ ਦੱਸੂਗਾ ਡੋਮੈਸਟਿਕ ਤੇ ਖੇਤੀਬਾੜੀ ਵਾਲੇ ਸਾਰੇ ਕੰਮ ਐ ਜਿਹੜੇ ਉਹਨਾਂ ਵਾਲੇ ਜਿਹੜੇ ਸਟੋਰ ਨੂੰ ਅਪਲਾਈ ਕਰ ਸਕਦੇ ਐ ਤੇਨੇ ਜਿਹੜੀ ਫੀਸ ਦੀ ਇੱਕ ਵਾਰੀ ਮੈਂ ਤੁਹਾਨੂੰ ਪਹਿਲਾਂ ਦੱਸ ਦੇਣਾ ਵੀ 400 ਯੂਰੋ ਜੇ ਮਾਲਕ ਨੇ ਜਿਹੜੇ ਮਾਲਕ ਨੇ ਅਪਲਾਈ ਕਰਨਾ ਤੁਹਾਡਾ ਕੰਟਰੈਕਟ ਕਰੂਗਾ ਉਸਨੇ 400 ਯੂਰੋ ਫੀਸ ਕਰਨੀ ਹੈ ਜੇ ਤੁਹਾਨੂੰ ਬਾਏ ਦਾ ਵੇ ਮਾਲਕ ਨਹੀਂ ਮਿਲਦਾ ਤੁਸੀਂ ਆਪ ਲੱਭਣ ਵਾਸਤੇ ਪਹਿਲਾਂ ਇੱਕ ਟੈਂਪਰੇਰੀ ਤੁਹਾਨੂੰ ਯੂਰੋ ਦਿੱਤੀ ਗਈ ਸੀ ਉਹਦੇ ਵਾਸਤੇ ਜਿਹੜੀ ਫੀਸ ਹੈ 160 ਯੂਰੋ ਦੀ ਹੈ 160 ਯੂਰੋ ਦੇ ਕੇ ਤੁਸੀਂ ਪ੍ਰਾਪਤ ਕਰ ਸਕਦੇ ਆ ਹੁਣ ਚੱਲਦੇ ਆਪਾਂ ਪੂਰੀ ਫੁੱਲ ਡਿਟੇਲ ਵਾਲੀ ਹਾਂਜੀ ਇਹ ਹੈ ਜੀ ਇਹ ਲਿੰਕ ਜਿਸ ਤੇ ਆਪਾਂ ਸਾਰਾ ਪੜਤਿਆ ਹੁਣ ਜਿਵੇਂ ਜਿਵੇਂ ਆਏਗਾ ਹਰ ਚੀਜ਼ ਮੈਂ ਤੁਹਾਨੂੰ ਨਾਲ ਦੇ ਨਾਲ ਦੱਸੀ ਜਾਊਗਾ ਕਿ ਕੀ ਕੀ ਕਹਿ ਰਹੇ ਜਿਵੇਂ ਆਪਾਂ ਦੇਖ ਹੀ ਰਹੇ ਆ ਇਸ ਲਿੰਕ ਤੇ ਜਾ ਕੇ ਤੁਸੀਂ ਆਪ ਵੀ ਚੈੱਕ ਕਰ ਸਕਦੇ ਹੋ ਰੈਗੂਲਰ ਕਿਉਂ ਨੇ ਲਈ ਲਪਰਤੀ ਮੈਂ ਗ੍ਰਾਂਤੀ ਐਕੋ ਕਮ ਕਿਵੇਂ ਕੰਮ ਕਰੂਗੀ ਕਿ ਇਸ ਤਰ੍ਹਾਂ ਇਹ ਕੰਮ ਕਰੂਗੀ ਜਿਹੜੇ ਇੰਟੀਗ੍ਰੇਸ਼ਨ ਖੋਲੀ ਹੋਈ ਹੈ ਇਹ ਕਿਸ ਤਰ੍ਹਾਂ ਕੰਮ ਕਰੂਗੀ ਜਿਹੜੇ ਦੇਖ ਰਹੇ ਹੋ ਰੋਮ 13 ਮਾਜੂਨ 13 ਮਈ ਨੂੰ ਇਹ ਸਭ ਕੁਝ ਆਫੀਸ਼ੀਅਲੇ ਤੌਰ ਤੇ ਓਕੇ ਕਰ ਦਿੱਤਾ ਗਿਆ ਹੈ ਜਿਹੜੇ ਅਸਤਰਾ ਨੇ ਦੀ ਹੈ ਇਹਨਾਂ ਨੂੰ ਕਿਸ ਤਰ੍ਹਾਂ ਕਿਸ ਹੱਦ ਤੱਕ ਪੱਕਾ ਕੀਤਾ ਗਿਆ ਹੈ ਵੀ ਗੌਰ ਜਿਹੜੇ ਗਵਰਨਮੈਂਟ ਹੈ ਉਹਨੇ ਸਭ ਕੁਝ ਇਹਦੇ ਵਿੱਚ ਦੱਸ ਦੇ ਤੁਸੀਂ ਦੇਖ ਹੀ ਰਹੇ ਹੋ ਇਹਦੇ ਵਿੱਚ ਲਿਖਿਆ ਵੀ ਹੋਇਆ ਹੈ ਕਿ ਜਿਹੜੇ ਪਹਿਲਾਂ ਐਗਰੀਕਲਚਰ ਸੀ ਤੇ ਨਾਲ ਉਹਨਾਂ ਨੇ ਕੌਲਫੇ ਬਦਾਨਤੀ ਵੀ ਇਹਨਾਂ ਨੇ ਜਿਹੜਾ ਨਹੀਂ ਯਾਨੀ ਇਹਨਾਂ ਵਿੱਚ ਐਡ ਕਰ ਦਿੱਤੀ ਜਨਕਿ ਜਿਹੜੇ ਡੋਮੈਸਟਿਕ ਸੀਗੇ ਉਹ ਵੀ ਵਿੱਚ ਐਡ ਕਰ ਲਏ ਗਏ ਪਹਿਲਾਂ ਸਿਰਫ ਐਗਰੀਕਲਚਰ ਦੀ ਗੱਲ ਕੀਤੀ ਗਈ ਸੀ ਪਰ ਉਹਨਾਂ ਨੇ ਜਿਵੇਂ ਨੌਵੇਂ ਮਿਜ਼ੂਰੀਅਲ ਦਾ ਦਲ governo ਵਾਲੇ ਅੰਕੀਪੇਰਿਲ ਕੋਫੇ ਬਦਾਨਤੀ ਜਨਕਿ ਜਿਹੜੇ ਘਰਾਂ ਦੇ ਵਿੱਚ ਕੰਮ ਕਰਨ ਵਾਲੇ ਉਹਨਾਂ ਨੂੰ ਵੀ ਐਡ ਕਰ ਲਿਆ ਗਿਆ ਇਹਦੇ ਵਿੱਚ ਕਿਹੜੇ ਕਿਹੜੇ ਪੇਸ਼ੇ ਚ ਮਿਲ ਸਕਦੀ ਹੈ ਸਾਰੇ ਨਾਲ ਲਿਖੇ ਪੇਸ਼ੇ ਕਿਹੜੇ ਕਿਹੜੇ ਐਗਰੀਕਲਚਰ ਜਨਕੀ ਖੇਤੀਬਾੜੀ ਦੇ ਕੰਮਾਂ ਦੇ ਵਿੱਚ ਜਨੈਟਿਕ ਪੇਸ਼ੇ ਜਿਹੜੇ ਮੱਛੀ ਪਾਲਣ ਨਾਲੇ ਕੰਮ ਆ ਉਹਨਾਂ ਦੇ ਵਿੱਚ ਕੋਲ ਦੂਰੇ ਜਿਹੜੇ ਪਾਣੀ ਵਗੈਰਾ ਖੇਤਾ ਵਗੈਰਾ ਚ ਜਿਹੜੇ ਪਾਣੀ ਵਗੈਰਾ ਲਾਉਂਦੇ ਉਹਨਾਂ ਚ ਅਸਿਸਟੈਂਸ ਪਰਪਰਸਨ ਨੇ ਅਫਿਰ ਤੇ ਪਤਲੇ ਚਾ ਫਿਰ ਜਿਹੜੇ ਕੋਈ ਡਿਸ ਹੈ ਮਤਲਬ ਡਿਸੇਬਿਲਟ ਮਤਲਬ ਹੈਂਡੀਕੈਪਡ ਵਗੈਰਾ ਬੰਦਿਆਂ ਨੂੰ ਸਾਮਦੇ ਆ ਜਾਂ ਘਰਾਂ ਦੇ ਵਿੱਚ ਕੰਮ ਕਰਦੇ ਆ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਬੱਚਿਆਂ ਨੂੰ ਸਾਮਦੇ ਆ ਠੀਕ ਹੈ ਇਸ ਸਾਰੇ ਉਹਨਾਂ ਦੇ ਵਿੱਚ ਐਡ ਕਰ ਦਿੱਤੇਗੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਤੇ ਖੇਤੀਬਾੜੀ ਵਾਲੇ ਦੇ ਕੰਮ ਚ ਜਿਵੇਂ ਸਾਲਿਬ ਵਗੈਰਾ ਆ ਕੇ ਉਹ ਵੀ ਇਹਦੇ ਵਿੱਚ ਆ ਜਾਂਦੇ ਠੀਕ ਹੈ ਜਮੀਨ ਦਾ ਕੰਮ ਕੋਈ ਸਾਹਮਦੇ ਫੁੱਲਾਂ ਦਾ ਕੰਮ ਹੈ ਜਾਂ ਸਬਜ਼ੀਆਂ ਸਲਾਦੇ ਦਾ ਕੰਮ ਹੈ ਉਹ ਸਭ ਇਹਦੇ ਵਿੱਚ ਆ ਜਾਂਦੇ ਤੇ ਜਿਹੜੇ ਘਰਾਂ ਦੇ ਹੋਮੈਸਟਿਕ ਜਿਹੜੇ ਹੈਂਡੀਕraft ਨੂੰ ਸਾਹਮਣ ਵਾਲੇ ਬੱਚਿਆਂ ਦੀ ਦੇਖਭਾਲ ਕਰਨ ਵਾਲੇ ਜਾਂ ਕਿਸੇ ਬੰਦੇ ਦੀ ਦੇਖਭਾਲ ਕਰਨ ਵਾਲੇ ਸਾਫ ਸਪਾਈ ਵਾਲੇ ਜਾਂ ਮਜੁਰਗਾ ਨੂੰ ਸਾਹਮਣ ਵਾਲੇ ਸਾਰੇ ਇਹਦੇ ਵਿੱਚ ਉਹਨਾਂ ਨੇ ਐਡ ਕੀਤੀ ਹੋਈ ਹੈ ਕਿ ਉਹ ਸਾਰਿਆਂ ਨੂੰ ਹੀ ਮਤਲਬ ਉਹਨਾਂ ਨੇ ਅਪਲਾਈ ਕਰਨ ਦੀ ਮੰਜ਼ੂਰੀ ਦਿੱਤੀ ਹੋਈ ਹੈ ਜੀ ਅੱਗੇ ਉਹ ਗੱਲ ਕਰ ਰਹੇ ਕਮੇ ਫੰਕਸ਼ਨ ਹੈ ਰੈਗੂਲੇਟਰ ਕਿਸ ਤਰ੍ਹਾਂ ਵੀ ਇਹ ਦੇਖ ਲੋ ਅਸੀਂ ਇਹਨਾਂ ਨੂੰ ਕਰਾਂਗੇ ਵੀ ਬੇਸ਼ੱਕ ਉਹ ਵੀ ਬੰਦੇ ਹੋਏ ਕਿੰਦੇ ਵਿੱਚ ਐਂਟਰ ਹੋ ਸਕਦੇ ਜਿਹੜੇ ਕਿ ਪਹਿਲਾਂ ਨੈਰੋ ਦੇ ਵਿੱਚ ਕੰਮ ਕਰਦੇ ਸੀਗੇ ਪ੍ਰੈਸੀਡੈਂਟ ਮੰਤਰੀਆਂ ਦੇ ਨੈਰੋ ਜਿਹੜੇ ਬਿਨਾਂ ਕਿਸੇ ਕੰਟਰੈਕਟ ਤੋਂ ਤੋਂ ਬਿਨਾਂ ਕਿਸੇ ਤੋਂ ਕੰਮ ਕਰਦੇ ਸੀਗੇ ਤੇ ਉਹ ਵੀ ਇਸ ਵਿੱਚ ਐਂਟਰ ਹੋ ਸਕਦੇ ਆ ਵੀ ਉਹ ਵੀ ਅਪਲਾਈ ਕਰ ਸਕਦੇ ਆ ਨਾਲ ਕੰਟਰੈਕਟਾਂ ਤੋਂ ਲਗਾ ਦੇਣ ਤੇ ਉਹਨਾਂ ਨੂੰ ਵੀ ਇਸੀ ਮਤਲਬ ਸਯੋਰ ਨੂੰ ਇਹ ਮਿਲੇਗੀ ਇਕ ਤਰੀਕੀ ਹੋਰ ਗੱਲ ਹੈ ਮੇਨ ਕਿ 8 ਮਾਰਚ 2020 ਤੋਂ ਪਹਿਲਾਂ ਬੰਦਾ ਇੱਥੇ ਪ੍ਰੈਜ਼ੈਂਟ ਹੋਣਾ ਚਾਹੀਦਾ ਇਟਲੀ ਦੇ ਵਿੱਚ ਕੋਈ ਨਾ ਕੋਈ ਸਬੂਤ ਪੇਸ਼ ਕਰਨਾ ਪੈਣਾ ਤੁਹਾਨੂੰ ਕਿ 8 ਮਾਰਚ ਤੋਂ ਪਹਿਲਾਂ ਤੁਸੀਂ ਇਸ ਮਤਲਬ ਇਟਲੀ ਦੇ ਵਿੱਚ ਹੈਗੇ ਸੀਗੇ ਅਗੇ ਜੀ ਪਰਮੈਸਿਓ ਦੀ ਸਜੋਰ ਨੂੰ ਟੈਂਪੋਰਰੀ ਹੈ ਵੀ ਕਿਸੇ ਕੋਲੇ ਪਹਿਲਾ ਬੰਦੇ ਕੋਲੇ 31 ਅਕਤੂਬਰ 2019 ਤੱਕ ਕਿਸੇ ਕੋਲੇ ਯੋਨੋ ਹੈਗੀ ਸੀ ਤੇ ਉਸ ਕਾਜ਼ਨ ਸਾ ਹੋ ਗਈ ਹੈ ਤੇ ਉਹ 8 ਮਾਰਚ ਤੱਕ ਇਹ ਕੰਟਰੀ ਨੂੰ ਨਹੀਂ ਛੱਡ ਗਿਆ ਯਾਨੀ ਕਿ ਇਟਲੀ ਦੇ ਵਿੱਚ ਹੈ ਇਟਲੀ ਤੋਂ ਬਾਹਰ ਨਹੀਂ ਜਾਗਾ ਤਨੂੰ 4 ਮਹੀਨੇ ਦੀ ਸਜ਼ਾ ਨੂੰ ਦਿੱਤੀ ਜਾਊਗੀ ਵੀ ਉਹ 4 ਮਹੀਨੇ ਦੇ ਵਿੱਚ ਵਿੱਚ ਆਪਣਾ ਕੰਮ ਕਿਤੇ ਲੱਭ ਸਕਦਾ ਹੈ। ਅਗੇ ਲਦਮਾਂ ਦਾ ਕੰਮ ਮੈਂ ਪ੍ਰੈਜ਼ੈਂਟ ਕਰ ਲਵਾਂ ਵੀ ਇਹ ਜ਼ਮਾਨਾ ਪੱਕਾ ਤੋਂ ਕਰ ਸਕਦੇ ਹਾਂ ਜੇ ਤਰੀਕ ਦੱਸੀ ਹੈ ਇਹਨੇ 1 ਜੂਨ ਤੋਂ ਲੈ ਕੇ 15 ਜੁਲਾਈ ਦੇ ਵਿੱਚ ਵਿੱਚ ਅਸੀਂ ਇਹ ਜ਼ਮਾਨਾ ਕਰ ਸਕਦੇ ਹਾਂ ਤੇ ਜੇ ਇਹ ਜ਼ਮਾਨਾ ਆਪ ਨੂੰ ਮਾਲਕ ਕਰਾਉਂਦਾ ਹੈ ਹਰਫਦਾਰੀ ਕਰਾਉਂਦਾ ਤੇ ਆਪਾਂ ਨੂੰ ਉਹਨੂੰ 400 ਯੂਰੋ ਫੀਸ ਭਰਨੀ ਪਊਗੀ ਜਿਸ ਕੋ ਨੂੰ ਲੱਗ ਰਿਹਾ ਸੇ ਇਨ ਵਿੱਚ ਇਸ ਅਸਰਨ ਤਰੀਬ ਜੇ ਕੋਈ ਅਸਰਨ ਅਸਰਨੇਰੀ ਖੋਦ ਇਹ ਦਮੰਦਾ ਕਰਦਾ ਤੇ ਉਹਨੂੰ 160 ਯੂਰੋ ਫੀਸ ਭਰਨੀ ਪਊਗੀ ਕਾਜ਼ਾ ਦੇ ਐਕਸਕਲੂਜ਼ ਕਰਨੇ ਜਿਹੜੇ ਬਾਹਰ ਹੋ ਜਾਂਦੇ ਜਿਹੜੇ ਪਹਿਲਾਂ ਗੱਲ ਕਰਦੇ ਮਾਲਕ ਦੀ ਵੀ ਮਾਲਕ ਕਿਹੜੇ ਦਮੰਦਾ ਨਹੀਂ ਕਰ ਸਕਦੇ ਜਿਨ੍ਹਾਂ ਦੇ ਉੱਪਰ ਕੇਸ ਚੱਲਦਾ ਪਿਆ ਕਿਸੇ ਤਰ੍ਹਾਂ ਦਾ ਜਿਨ੍ਹਾਂ ਨੇ ਖਾਸ ਤੌਰ ਤੇ ਇਸੇ ਗੰਧਰ ਟੈਕਸ ਵਗੈਰਾ ਉਹਨਾਂ ਨੇ ਮਤਲਬ ਬੰਦੇ ਉਹਨਾਂ ਕੋਲ ਫੜੇ ਕੇਸੀ ਵੀ ਹੋ ਨੈਰੋਜ ਕੰਮ ਕਰਵਾ ਰਹੇ ਸੀ ਕੋਈ ਇਸ ਇਸ ਬੇਸਤੇ ਕੋ ਉਹਨਾਂ ਤੇ ਕੋਈ ਕੇਸ ਹੈ ਜਾਂ ਕਿਸੇ ਤਰ੍ਹਾਂ ਦਾ ਹੋਰ ਕੋਈ ਇਸ ਤਰ੍ਹਾਂ ਜਿਹੋਨਾਂ ਨੇ ਜੁਰਮ ਕੀਤਾ ਹੋਇਆ ਤੇ ਉਹਨਾਂ ਤੇ ਧਾਰਾ ਲੱਗੀ ਹੋਈ ਹੈ ਕੋਈ ਇਨਕੇ ਪੈਨਲ ਕੋਡ ਦਰਵਾਉ ਨਾਲ ਤੇ ਧਾਰਾ ਲੱਗੀ 600 ਜਾਂ 603 ਧਾਰਾ ਦਫਾ 600 ਜਾਂ ਦਫਾ 603 ਲੱਗੀ ਹੋਈ ਹੈ ਧਾਰਾ ਤੇ ਉਹ ਬੰਦਾ ਉਹ ਮਾਲਕ ਇਹ ਕਿਸੇ ਵੀ ਯਾਨਕੀ ਅਪਲਾਈ ਨਹੀਂ ਕਰ ਸਕਦਾ ਕਿਸੇ ਬਾਰੇ ਵੀ ਕਿਸੇ ਵੀ ਇਸ ਤਰ੍ਹਾਂ ਨੀ ਨੂੰ ਜੂਰਨੋ ਕੰਮ ਨਹੀਂ ਦੇ ਸਕਦਾਗਾ ਉਹ ਜੇ ਕੋਈ ਉਹ ਅਪਲਾਈ ਕਰਦਾ ਤੇ ਉਹ ਜਿਹੜੀ ਹੈ ਜੂਰਨੋ ਨਹੀਂ ਮਿਲੇਗੀ ਬੰਦੇ ਨੂੰ ਇਸ ਚੀਜ਼ ਦਾ ਖਿਆਲ ਰੱਖਿਆ ਵੀ ਜਿਹੜੇ ਤੁਸੀਂ ਮਾਲਕ ਨੂੰ ਲੈ ਕੇ ਜਾਂਦੇ ਆ ਉਹ ਮਾਲਕ ਸਹੀ ਹੋਣਾ ਚਾਹੀਦਾ ਜੇ ਉਹ ਮਾਲਕ ਤੇ ਉੱਪਰ ਇਹਨਾਂ ਧਾਰਾਂ ਦੇ ਵਿੱਚ ਕੋਈ ਧਾਰਾ ਲੱਗਦੀ ਹੋਈ 600 ਜਾਂ 603 ਤਾਰਾ ਦੇ ਉਹਨੂੰ ਕੋਈ ਪੈਨਲ ਮੈਂ ਕਿਉਂ ਨੂੰ سزا ਮਿਲੀ ਹੋਈ ਹੈ ਸਰਕਾਰ ਵੱਲੋਂ ਤੇ ਉਹਦੇ ਉੱਪਰ ਕੋਈ ਕੇਸ ਚੱਲ ਰਿਹਾ ਜਾਂ ਤੇ ਉਹਨੂੰ ਜਿਹੜੇ ਆ ਪੇਪਰ ਉਹ ਕੈਨਸਲ ਹੋ ਜਾਣਗੇ ਉਹਨੂੰ ਉਹ ਪੇਪਰ ਨਹੀਂ ਮਿਲਣਗੇ ਅੱਗੇ ਗੱਲ ਕਰਦੇ ਜੀ ਬੰਦੇ ਉੱਪਰ ਬੰਦੇ ਉੱਪਰ ਵੀ ਉਹੀ ਸੇਮ ਹੀ ਧਾਰਾ ਲੱਗੀ ਹੋਈ ਹੈ ਕੋਡਿਸ਼ੇ ਪਨਾਲੇਦਵਾਲਾ ਦੀ 380 ਨੰਬਰ ਦੀ ਧਾਰਾ ਲੱਗੀ ਹੋਈ ਹੈ ਤੇ ਉਹਨੂੰ ਵੀ ਮਤਲਬ ਉਸ ਜੋਰ ਨੂੰ ਨਹੀਂ ਮਿਲ ਸਕੀ ਉਹ ਉਸ ਜੋਰ ਨੂੰ ਨਹੀਂ ਅਪਲਾਈ ਕਰ ਸਕਦਾ ਜਿੰਨ ਕਿ ਜਿਹੜੇ ਸੁੱਕੇ ਨਸ਼ੇ ਵਗੈਰਾ ਇਹ ਡੋਡੇ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਹੈ ਕਿਸੇ ਤਰ੍ਹਾਂ ਦਾ ਨਸ਼ਾ ਯਾਨੀ ਕਿ ਡਰੱਗਸ ਦੇ ਤੌਰ ਤੇ ਉਹਨੂੰ ਉਹਦੇ ਉੱਪਰ ਕੋਈ ਕੇਸ ਚੱਲਦਾ ਪਿਆ ਹੈ ਤੇ ਉਹ ਇਸ ਚੀਜ਼ ਨੂੰ ਅਪਲਾਈ ਨਹੀਂ ਕਰ ਸਕਦਾਗਾ ਉਹਨਾਂ ਨੇ ਸਪੈਸ਼ਲ ਲਿਖਿਆ ਵੀ ਹੈ ਕਿ ਜੇ ਨਾ ਦੇ ਵਿੱਚੋਂ ਦੋਵਾਂ ਦੇ ਵਿੱਚੋਂ ਕੋਈ ਵੀ ਪ੍ਰੋਬਲਮ ਆਈ ਜਾਂ ਮਾਲਕ ਵੱਲੋਂ ਜਾਂ ਬੰਦੇ ਵੱਲੋਂ ਇਹ ਕੋਈ ਕੇਸ ਹੋਇਆ ਤੇ ਸਾਰਾ ਨੁਮਾਨ ਕੀਆ ਆਨ ਵਾਲਾ ਤੇ ਦੋਮਾਂ ਦੇ ਤਕਵੀਲ ਦਾ ਦਿੱਖ ਰਿਹਾ ਇਹ ਫਾਲਸੋ ਜੇ ਨਹੀਂ ਦਿੱਕਰਾਸ਼ਨ ਨੇ ਫਾਲਸੋ ਮੰਨੀ ਜਾਊਗੀ ਤੇ ਉਹਦੇ ਦਮਾਂ ਦੇ ਜਿਹੜੇ ਅਨੁਲਾਤਿਕ ਕੈਨਸਲ ਕਰ ਦਿੱਤੇ ਜਾਣਗੇ ਏਸੀ ਜਿਹੜੀ ਅੱਜ ਦੀ ਉਹਨਾਂ ਨੇ ਅਪਡੇਟ ਪਾਈ ਹੈ ਤੇ ਬਾਕੀ ਜਿਵੇਂ ਵੀ ਕੋਈ ਹੋਰ ਨਵੀਂ ਅਪਡੇਟ ਆਉਂਦੀ ਹੈ ਤੇ ਮੈਂ ਤੁਹਾਨੂੰ ਉਹ ਵੀ ਜ਼ਰੂਰ ਦੱਸੂਗਾ ਕਿ ਕੋਈ ਚਾਹਲ ਵੀ ਸੀ ਕਿ ਇਹ ਜਿਵੇਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਜਿਹੜੀ ਪਹਿਲੀ ਸਜੋਨ ਉਹਨੂੰ 3 ਤੋਂ 6 ਮਹੀਨੇ ਦੇ ਵਿੱਚ ਵਿੱਚ ਤਕਰੀਬਨ ਮਿਲਨੀ ਹੈ ਕਿਸੇ ਨੂੰ 4 ਮਹੀਨੇ ਦੀ ਮਿਲ ਸਕਦੀ ਹੈ ਜਨਕਿ ਜੋ ਇਹਨਾਂ ਨੇ ਕਾਨੂੰਨ ਬਣਾਇਆ ਉਹਨਾਂ ਦੇ ਅਕੋਰਡਿੰਗ ਜਿਹੜੀਆਂ ਮਤਲਬ ਸਜੋਨ ਉਹਨਾਂ ਨੇ ਮਤਲਬ ਇਸ਼ੂ ਕਰਨੀ ਹੈ ਤੇ ਮੇਨ ਮੇਨ ਗੱਲ ਇਹੀ ਹੈ ਕਿ ਬੰਦਾ 8 ਮਾਰਚ ਮਤਲਬ 8 ਮਾਰਚ ਤੋਂ ਪਹਿਲਾਂ ਪਹਿਲਾਂ ਦਾ ਇਟਲੀ ਦੇ ਅੰਦਰ ਹੋਵੇ ਠੀਕ ਹੈ ਇਹ ਨਹੀਂ ਵੀ ਇਟਲੀ ਦੇ ਅੰਦਰ ਪਹਿਲਾਂ ਹੋਵੇ ਤੇ ਫਿਰ 8 ਮਾਰਚ ਤੱਕ ਉਹ ਬਾਹਰ ਗਿਆ ਜਲਾਵੇ ਕਿਸੇ ਹੋਰ ਕੰਟਰੀ ਦੇ ਵਿੱਚ ਹੋਵੇ ਫਿਰ ਉਹ ਆਊਗਾ ਤੇ ਉਸ ਚੀਜ਼ ਦੀ ਪ੍ਰੋਬਲਮ ਆ ਸਕਦੀ ਹੈ ਠੀਕ ਹੈ ਜਿਹੜੇ ਇਟਲੀ ਦੇ ਵਿੱਚ ਹੈ ਇਸ ਟਾਈਮ ਬੈਠੇ ਯਾਨਕਿ 8 ਮਾਰਚ ਤੋਂ ਪਹਿਲਾਂ ਦੀ ਐਂਟਰੀ ਹੈਗੀ ਜਿਨ੍ਹਾਂ ਦੀ ਐਂਟਰੀ 8 ਮਾਰਚ ਤੋਂ ਪਹਿਲਾਂ ਦੀ ਹੈ ਉਹ ਹੀ ਇਹ ਪੇਪਰ ਅਪਲਾਈ ਕਰ ਸਕਦੇ ਅਕੇ ਜੀ ਮੈਨੂੰ ਕੁਛ ਪੁੱਛਿਆ ਵੀ ਗਏ ਸੀ ਕਿ ਤੇ ਮੈਂ ਤਕਰੀਬਨ ਉਹਨਾਂ ਦੇ ਵਿੱਚ ਸਵਾਲਾਂ ਦੇ ਜਵਾਬ ਸਾਰੇ ਮਿਲ ਹੀ ਗਏ ਜਿਹੜਾ ਕੁਛ ਤੁਸੀਂ ਪੁੱਛਿਆ ਸੀ ਇੱਕ ਜਿਹੜੇ ਅਜ਼ੀਲੋ ਵਾਲਿਆਂ ਦਾ ਪੁੱਛਿਆ ਸੀ ਕਿ ਜਿਹੜੇ ਅਜ਼ੀਲੋ ਹੈ ਜਿੰਨਾਂ ਉਹਨਾਂ ਨੂੰ ਆਪਣੀਆਂ ਅਜ਼ੀਲੋ ਕੈਨਸਲ ਕਰਨੀ ਪਊਗੀ ਪਹਿਲਾਂ ਸਾਰੇ ਪੇਪਰ ਕਨਫਰਮ ਕਰ ਲੈ ਸਾਰਾ ਕੁਛ ਓਕੇ ਤੁਹਾਡਾ ਹੋਣ ਤੋਂ ਬਾਅਦ ਹੀ ਤੁਸੀਂ ਅਜ਼ੀਲੋ ਕੈਨਸਲ ਕਰਵਾਇਆ ਜੇ ਜਲਦਬਾਜੀ ਨਾ ਕਰਾ ਜੇ ਕੰਟਰੈਕਟ ਆਦਿ ਵਗੈਰਾ ਲਗਾ ਕੇ ਤੇ ਫੇਰੀ ਕਰਾ ਜੇ ਤੁਸੀਂ ਆਪਣੇ ਜਿਹੜੀ ਅਪਲਾਈ ਕਰਨੀਆਂ ਸੀ ਯੋਰਨੋ ਜਿਨਰੇ ਅਜ਼ੀਲੋ ਵਾਲੇ ਕਿਉਂਕਿ ਉਹਨਾਂ ਨੂੰ ਅਜ਼ੀਲੋ ਵਾਲੇ ਨੂੰ ਆਪਣਾ ਪਹਿਲਾਂ ਉਹ ਕੈਨਸਲ ਕਰਵਾਉਣਾ ਪਏਗਾ ਉਦੋਂ ਤੱਕ ਇਹ ਉਹਨਾਂ ਨੇ ਸਟੇ ਲਈ ਹੋਈ ਹੈ ਤੇ ਫਿਰ ਉਹ ਇਸ ਤਰ ਜਿਹੜੇ ਆ ਸਬੋਧਿਨਾ ਤੋਂ ਅਪਲਾਈ ਕਰ ਸਕਦੇ ਆ ਠੀਕ ਹੈ ਕਿਉਂਕਿ ਦੋਨੋਂ ਸਾਈਡ ਤੇ ਮੇਰੇ ਸਾਹਮਣੇ ਨਹੀਂ ਰੱਖ ਸਕਦੇ ਕਿ ਬਾਕੀ ਜਿਵੇਂ ਕੋਈ ਅਪਡੇਟ ਮਿਲਦੀ ਹੈ ਮੈਂ ਤੁਹਾਨੂੰ ਉਹਦੇ ਬਾਰੇ ਵੀ ਸੂਚਿਤ ਕਰੂੰਗਾ ਬਾਕੀ ਜਿਨ੍ਹਾਂ ਦੇ ਪਾਸਪੋਰਟ ਵਗੈਰਾ ਕਸੂਰੀਏ ਵਗੈਰਾ ਚਾਹ ਜ਼ੀਲੋ ਲਈ ਹੋਈ ਹੈ ਉਹ ਵੀ ਆਪਣੇ ਪਾਸਪੋਰਟ ਵਗੈਰਾ ਵੀ ਉਹਨਾਂ ਨੂੰ ਲੈਣੇ ਪੈਣੇ ਤੇ ਉਹ ਫਿਰ ਤਕਰੀਬਨ ਕੈਨਸਲ ਕਰਵਾਨੀ ਪਈ ਕਿ ਆ ਜ਼ੀਲੋ ਫੇਰ ਹੀ ਇਸ ਬਹੁਤੀ ਦਿਨਾਂ ਤੋਂ ਅਪਲਾਈ ਕਰ ਸਕਣ ਬਾਕੀ ਵੈਸੇ ਵੀ ਸਾਰਿਆਂ ਨੇ ਆਪਣੇ ਪਾਸਪੋਰਟ ਵਗੈਰਾ ਕਿਸੇ ਦੀ ਚੈੱਕ ਕਰ ਲੈਣਾ ਕਿਉਂਕਿ 1 ਜੂਨ ਤੋਂ ਸਟਾਰਟ ਹੋਣੀ ਹੈ ਹਲੇ ਤੇ ਚੈੱਕ ਕਰ ਲੈਣ ਕਿਸੇ ਦੀ ਡੇਟ ਉਹ ਐਕਸਪਾਇਰ ਹੁੰਦੀ ਹੈ ਤੇ ਆਪਣਾ ਜਿਹੜਾ ਪਾਸਪੋਰਟ ਆ ਉਹ ਨਿਊ ਕਰਾ ਲੈਣ ਜਿੰਨੀ ਵੀ ਜਲਦੀ ਹੋ ਸਕਦਾ ਬਾਕੀ ਜਦੋਂ ਵੀ ਕੋਈ ਅਪਡੇਟ ਮਿਲਦੀ ਹੈ ਤੈਨੂੰ ਸੂਚਿਤ ਕਰ ਦੂੰਗਾ ਕਿਸੇ ਵੀ ਤਰ੍ਹਾਂ ਦੀ ਅਪਡੇਟ ਆਉਂਦੀ ਹੈ ਤੇ ਜਿਹੜੇ ਵੀ ਮੇਰੇ ਵੀ ਨਵੇਂ ਆਏ ਜਿਨ੍ਹਾਂ ਨੇ ਹਾਲੇ ਜੀ ਪਹਿਲਾਂ ਵੀ ਸੁਣ ਰਿਹਾ ਜਿਨ੍ਹਾਂ ਨੇ ਹਾਲੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਮਤਲਬ ਜੋ ਵੀ ਅਪਡੇਟ ਆਵੇ ਤੇ ਉਹਨਾਂ ਨੂੰ ਮਿਲ ਸਕੇ ਇਸ ਜੀ ਤੇ ਜੇ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਬਾਕੀ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਸਾਨੂੰ ਵਾਸਤੇ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਅਗਲੀ ਅਪਡੇਟ ਸ਼ੇਅਰ ਮਿਲਦੇ ਰਹੇ